ਮੈਂ ਆਪਣੇ ਪਿੰਡ ਚਲੇ ਗਿਆ ਗ੍ਰੰਥੀ ਕੋਲ ਹਾਰਮੋਨੀਅਮ ਸਿਖਾਉਣ ਲਈ। ਉਹਨਾਂ ਨੂੰ ਕਿਹਾ ਕਿ ਮੈਨੂੰ ਹਾਰਮੋਨੀਅਮ ਸਿਖਾਓ, ਤਾਂ ਮੈਨੂੰ ਕਹਿੰਦਾ 2 ਕਿਲੋ ਦੇਸੀ ਘਿਓ ਦੇ ਕੇ ਜਾ ਪਹਿਲਾਂ। ਮੈਂ ਕਿਹਾ ਜੀ ਠੀਕ ਹੈ, 2 ਕਿਲੋ ਘਿਓ ਦੇ ਤਾ ਮੈਨੂੰ। ਫਿਰ 2 ਕੁ ਦਿਨ ਬਾਅਦ ਫਿਰ ਲਾਰੇ ਲੱਪੇ ਚੱਲਦੇ ਰਹੇ। ਮੈਨੂੰ ਕਹਿੰਦਾ ਫਿਰ ਮੈਨੂੰ ਇੱਕ ਸੂਟ ਚਾਹੀਦਾ ਚਿੱਟਾ। ਘਰਦੇ ਤਾਂ ਅਲਾਓ ਨਹੀਂ ਸੀ ਕਰਦੇ, ਸੂਟ ਸਾਟ ਕਿੱਥੋਂ ਲੈ ਕੇ ਦੇਣਾ। ਫਿਰ ਮੈਂ ਆਪਦੇ, ਮੇਰਾ ਮਾਮਾ ਜਿਹਦੇ ਨਾਲ ਮੇਰਾ ਬਹੁਤ ਜ਼ਿਆਦਾ ਪਿਆਰ ਹੈ, ਮੈਨੂੰ ਲੱਗਦੀ ਮੇਰੇ ਰਿਸ਼ਤੇਦਾਰ 'ਚੋਂ ਸਭ ਤੋਂ ਜ਼ਿਆਦਾ ਕਲੋਜ਼ ਮੇਰੇ ਮਾਮਾ ਜੀ, ਅਤੇ ਉਹਨਾਂ ਤੋਂ ਪੈਸੇ ਲੈ ਕੇ ਮੈਂ ਬਾਬਾ ਜੀ ਨੂੰ ਕੱਪੜਾ ਲਿਆ ਕੇ ਦਿੱਤਾ। ਅਤੇ ਕੱਪੜੇ ਤੋਂ ਬਾਅਦ ਫਿਰ ਹੋਰ ਡਿਮਾਂਡ ਸ਼ੁਰੂ ਹੋ ਗਈ, ਹੁਣ ਮੈਨੂੰ ਸਿਰ ਦਾ ਪਟਕਾ ਚਾਹੀਦਾ ਦਸਤਾਰੇ। ਮੈਂ ਕਿਹਾ ਛੱਡ ਖੜਾ ਜਾ। 2 ਕਿਲੋ ਘਿਓ ਕਿੰਨਾ ਕੁ ਮਹਿੰਗਾ, ਤੈਨੂੰ ਵਾਪਸ ਮੈਂ ਦੇ ਦੇਣਾ ਭਰਾਵਾ, 5 ਕਿਲੋ ਲੈ ਜਾ ਮੈਥੋਂ, ਗੂਗਲ ਪੇ ਭੇਜ ਦੇ ਆਪਣਾ, 800-900 ਰੁਪਏ ਕਿਲੋ ਹੈ, ਤੈਨੂੰ 2000 ਰੁਪਇਆ ਪਾ ਦਿੰਦੇ। ਜੋ ਕੋਈ ਚੋਲਾ ਲਿਆ ਸੀ, ਪੱਗ ਲਈ ਸੀ, 1000 ਰੁਪਇਆ ਉਹਦਾ ਪਾ ਦਿੰਦੇ। ਕੀ ਯਾਰ ਤੁਸੀਂ ਭਰਾਵਾ, ਤੂੰ 2 ਕਿਲੋ ਘਿਓ ਨੂੰ ਰੋਂਦਿਆਂ ਇੱਥੇ ਲੱਖਾਂ ਦੇ ਲੱਖਾਂ ਰੁਪਈਏ ਖਾ ਗਏ ਬਾਬੇ। ਘਰਾਂ 'ਚ ਕਿਸੇ ਕਹਿੰਦੇ ਨੇ ਬੇਰੀ ਮਾੜੀ ਏ, ਕਿਸੇ ਦੇ ਨਿੰਮ ਮਾੜੀ ਏ, ਕਈ ਪਿੱਪਲ ਮਾੜਾ, ਕਈ ਕੁਛ ਪਟਾਤਾ, ਕਈ ਤੁਹਾਡੇ ਕਦੀ ਕਹਿੰਦੇ ਨੇ, ਕਦੀ ਗੁਆਂਢੀਆਂ ਨੇ ਕੋਈ ਕਰਤਾ। ਭਰਾਵਾ ਇਹਨਾਂ ਭਰਮਾਂ ਤੋਂ ਬਚੋ, ਤਾਂ ਵੇਖ ਲਓ ਬਾਬੇ ਨੂੰ ਕਿਵੇਂ ਠੱਗਿਆ, 2 ਕਿਲੋ ਦੇਸੀ ਘਿਓ ਬੱਬੂ ਮਾਨ ਤੋਂ ਵੀ ਲੈ ਗਏ ਨੇ।